ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਜੋ ਕਿ ਆਪਣੀ ਅਪਕਮਿੰਗ ਫਿਲਮ ਦੀ ਤਿਆਰੀ ਕਰ ਰਹੇ ਨੇ, ਕੁਝ ਵੱਡਾ ਹੀ ਲੈ ਕੇ ਆਉਣ ਵਾਲੇ ਨੇ ਤਰਸੇਮ ਜੱਸੜ। ਸੋਸ਼ਲ ਮੀਡੀਆ ਉੱਤੇ ਤਰਸੇਮ ਜੱਸੜ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਅਪਕਮਿੰਗ ਫਿਲਮ ਬਾਰੇ ਕੁਝ ਲਾਈਨਸ ਲਿਖੀਆਂ ਨੇ। ਹਾਲਾਂਕਿ ਕੁਝ ਟਾਈਮ ਪਹਿਲਾਂ ਵਾਈਟਲ ਸਟੂਡੀਓਜ਼ ਵੱਲੋਂ ਤਰਸੇਮ ਜੱਸੜ ਦੀ ਅਪਕਮਿੰਗ ਫਿਲਮ ਦਾ ਇੱਕ ਪੋਸਟਰ ਜਾਰੀ ਕੀਤਾ ਗਿਆ ਜੋ ਕਿ ਸਾਲ 2025 ਦੇ ਵਿੱਚ ਰਿਲੀਜ਼ ਹੋਵੇਗੀ, ਤੇ ਹੁਣ ਤਰਸੇਮ ਜੱਸੜ ਨੇ ਅਪਕਮਿੰਗ ਫਿਲਮ ਬਾਰੇ ਇੱਕ ਪੋਸਟ ਵੀ ਪਾਈ ਹੈ। ਇਹ ਉਹੀ ਫਿਲਮ ਹੈ ਜੋ ਕਿ ਵਾਈਟ ਹਿਲ ਸਟੂਡੀਓਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗੀ ਜਾਂ ਕੋਈ ਦੂਸਰੀ ਫਿਲਮ ਹੈ। ਤਰਸੇਮ ਜੱਸੜ ਨੇ ਪੋਸਟ ਪਾ ਕੇ ਲਿਖਿਆ, ਮਸਤਾਨੇ ਤੋਂ ਬਾਅਦ ਆਉਣ ਵਾਲੀ ਮੂਵੀ ਨੈਕਸਟ ਈਅਰ ਰਿਲੀਜ਼ ਹੋਵੇਗੀ। ਆਈ ਨੋ ਸਾਰਿਆਂ ਨੂੰ ਬਹੁਤ ਵੇਟ ਹੈ ਤੇ ਮੈਨੂੰ ਵੀ, ਪਰ ਮਿਹਨਤ ਦਾ ਕੋਈ ਸ਼ੋਰਟਕਟ ਨਹੀਂ ਹੁੰਦਾ। ਮਸਤਾਨੇ ਦੀ ਰਿਲੀਜ਼ ਤੋਂ ਵੀ ਪਹਿਲਾਂ ਦਾ ਇਹ ਪ੍ਰੋਜੈਕਟ ਤੇ ਪੈਰਲਰ ਪ੍ਰੀ ਪ੍ਰੋਡਕਸ਼ਨ ਤੇ ਕੰਮ ਕਰ ਰਹੇ ਹਾਂ। ਜੀ ਮੇਰਾ ਵੀ ਇਹੀ ਕਰਦਾ ਕਿ ਮੇਰੀਆਂ 2-3 ਮੂਵੀਜ਼ ਆਉਣ ਹਰ ਸਾਲ, ਪਰ ਆਪਾਂ ਜੀ ਜਾਂ ਲਾ ਕੇ ਇੱਕ ਹੀ ਬਣਾ ਪਾ ਰਹੇ ਹਾਂ ਅਜੇ, ਤਾਂ ਅੱਗੇ ਜ਼ਰੂਰ ਹੋਰ ਮਿਹਨਤ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਤੇ ਉੱਪਰ ਕੰਮ, ਇੱਕ ਤੇ ਉੱਪਰ ਮਿਹਨਤ ਤੇ ਉਹਦੇ ਕਰੈਕਟਰ ਦੀ ਲੁੱਕ ਜਿਹੜੀ ਕਿਸੇ ਹੋਰ ਫਿਲਮ ਜਾਂ ਗੀਤ ਨੂੰ ਵੀ ਸ਼ੋਰਟ ਨਹੀਂ ਕਰਨ ਦੇ ਰਹੀ। ਮਿਊਜ਼ਿਕ ਵੀਡੀਓ ਵੀ ਕਰੀਆਂ ਨਹੀਂ ਇੰਨੇ ਟਾਈਮ ਤੋਂ, ਐਂਡ ਜਿਹੜਾ ਕਰਨਾ ਵੀ ਹੈ ਉਹਦੇ 'ਚ ਵੀ ਫੇਸ ਰਿਵੀਲ ਨਹੀਂ ਕਰ ਸਕਦੇ। ਬੜਾ ਔਖਾ ਸਫ਼ਰ ਹੁੰਦਾ ਤੇ ਸਬਰ ਵਾਲਾ, ਤੇ ਸਾਲਾਂ ਦੀ ਮਿਹਨਤ ਨਾਲ ਬਣਦੀਆਂ ਨੇ ਇਹੋ ਜਿਹੀਆਂ ਫਿਲਮਾਂ। ਮਾਣ ਹੁੰਦਾ ਕਿ ਮਹਾਰਾਜ ਨੇ ਇਹ ਕਿਰਤ ਹਿੱਸੇ ਪਾਈ ਆ ਤੇ ਤੁਹਾਡਾ ਪਿਆਰ ਸਾਰੀ ਮਿਹਨਤ ਤੇ ਸਬਰ ਨੂੰ ਫਲ ਲਾ ਦਿੰਦਾ। ਹਮੇਸ਼ਾ ਇੱਕੋ ਸੋਚ ਸੀ, ਪਹਿਲਾ ਦਿਨ ਤੋਂ ਹਿਸਟਰੀ ਤੇ ਕੰਮ ਕਰਨਾ ਤੇ ਪੰਜਾਬੀ ਬੋਲੀ ਲਈ, ਸਿਨੇਮਾ ਲਈ ਤੇ ਆਪਣੀਆਂ ਰੂਟਸ ਲਈ ਆਪਣੇ ਵੱਲੋਂ ਚੰਗਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਨੀ ਆ ਤੇ ਉਹੀ ਕੋਸ਼ਿਸ਼ ਕਰ ਰਿਹਾ। ਬਸ ਆਪਣਾ ਲੱਗੇ ਆ ਆਪਣੇ ਰਾਹ ਤੇ, ਆਪਣੀ ਸੋਚ ਤੇ, ਆਪਣੇ ਸਕੂਨ ਲਈ ਤੁਹਾਡੇ ਪਿਆਰ ਤੇ ਸਬਰ ਨੂੰ ਸਲਾਮ। ਅਗਲੇ ਫਿਲਮ ਦੀ ਫਸਟ ਲੁੱਕ ਜਲਦੀ ਰਿਵੀਲ ਕਰਾਂਗੇ। ਵਾਹਿਗੁਰੂ ਮਿਹਰ ਰੱਖਣ, ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਸੋ ਤਰਸੇਮ ਜੱਸੜ ਨੇ ਪੋਸਟ ਪਾ ਕੇ ਇਹ ਕਲੀਅਰ ਕਰ ਦਿੱਤਾ ਕਿ ਉਹ ਕੁਝ ਵੱਡਾ ਲੈ ਕੇ ਆ ਰਹੇ ਨੇ। ਸਾਲ ਦੇ ਵਿੱਚ 2-3 ਫਿਲਮਾਂ ਕਰਨਾ ਚਾਹੁੰਦੇ ਨੇ, ਪਰ ਉਹਨਾਂ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜੇ ਕੁਝ ਕਰੀਏ ਤਾਂ ਵੱਡਾ ਕਰੀਏ। ਇਸ ਕਰਕੇ ਸਾਲ ਦੇ ਵਿੱਚ ਇੱਕ ਫਿਲਮ ਵੀ ਫਿਲਹਾਲ ਉਹ ਕਰ ਪਾ ਰਹੇ ਨੇ ਜਿਹਦੀ ਲੁੱਕ ਜਲਦੀ ਰਿਲੀਜ਼ ਕਰਨਗੇ। ਤਰਸੇਮ ਜੱਸੜ ਦੀ ਅਪਕਮਿੰਗ ਫਿਲਮ ਦਾ ਇੰਤਜ਼ਾਰ ਫੈਨਸ ਨੂੰ ਬੇਸਬਰੀ ਦੇ ਨਾਲ ਰਹੇਗਾ, ਕਿਉਂਕਿ ਉਹਨਾਂ ਦੀ ਲਾਸਟ ਫਿਲਮ ਮਸਤਾਨੇ ਸੀ ਜਿਸ ਨੂੰ ਕਿ ਲੋਕਾਂ ਨੇ ਕਾਫੀ ਪਿਆਰ ਦਿੱਤਾ ਸੀ, ਉਹ ਵੀ ਹਿਸਟਰੀ ਨਾਲ ਜੁੜੀ ਹੋਈ ਸੀ। ਸੋ ਤਰਸੇਮ ਜੱਸੜ ਦੀ ਇਸ ਪੋਸਟ ਤੋਂ ਵੀ ਇਹੀ ਲੱਗਦਾ ਕਿ ਜਿਹੜੀ ਫਿਲਮ ਤੇ ਉਹ ਕੰਮ ਕਰ ਰਹੇ ਨੇ ਉਹ ਵੀ ਹਿਸਟਰੀ ਨਾਲ ਜੁੜੀ ਹੈ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।